ਦੇਖੋ ਕੁਐਸਚਨ ਜਿਹੋ ਜਿਹਾ ਵਿਰੋਧ ਕਰ ਰਹੇ ਨੇ ਉਹਦੇ ਵਿੱਚ ਕੋਈ ਕੁਐਸਚਨ ਦਾ ਜਵਾਬ ਵੀ ਨਹੀਂ ਤੁਸੀਂ ਦੇ ਸਕਦੇ ਰੌਲੇ ਰੱਪੇ ਦੇ ਵਿੱਚ। ਬਾਕੀ ਕੁਐਸਚਨ ਮੇਰੇ ਜਵਾਬਾਂ ਨਾਲ ਉਹਨਾਂ ਦਾ ਹੱਲ ਨਹੀਂ ਹੋਣਾ। ਜਿਹੜੇ ਕੁਐਸਚਨ ਪੁੱਟ ਕਰਨੇ, ਜੋ ਇਹਨਾਂ ਦੀਆਂ ਗੱਲਾਂ ਨੇ, ਇਹ ਜਿਹੜੀ ਬਣਦੀ ਸਰਕਾਰ ਹੋਊਗੀ ਉਹਨਾਂ ਦੇ ਅੱਗੇ ਲੈ ਕੇ ਜਾਣ, ਟੇਬਲ 'ਤੇ ਬੈਠਣ। ਨਾਭਾ ਪਹੁੰਚੇ ਮਹਾਰਾਣੀ ਪ੍ਰਨੀਤ ਕੌਰ ਦਾ ਕਿਸਾਨਾਂ ਨੇ ਕੀਤਾ ਮੁੜ ਵਿਰੋਧ। ਤੁਹਾਨੂੰ ਦੱਸਦੇ ਕਿ ਪੰਜਾਬ ਦੇ ਵਿੱਚ ਲਗਾਤਾਰ BJP ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ, ਚਾਹੇ ਹੰਸਰਾਜ ਹੋਵੇ, ਚਾਹੇ ਤਰਨਜੀਤ ਸਿੰਘ ਸੰਧੂ ਹੋਵੇ, ਚਾਹੇ ਮਹਾਰਾਣੀ ਪ੍ਰਨੀਤ ਕੌਰ ਹੋਵੇ, ਉਹਨਾਂ ਦਾ ਲਗਾਤਾਰ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ। ਅਤੇ ਹੁਣ ਜਦੋਂ ਅੱਜ ਮਹਾਰਾਣੀ ਪ੍ਰਨੀਤ ਕੌਰ ਨਾਭਾ ਵਿਖੇ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੀ ਤਾਂ ਉੱਥੇ ਮੌਕੇ 'ਤੇ ਕਿਸਾਨ ਇਕੱਠੇ ਹੋ ਗਏ, ਜਿਨ੍ਹਾਂ ਨੇ ਮਹਾਰਾਣੀ ਪ੍ਰਨੀਤ ਕੌਰ ਦਾ ਜੰਮ ਕੇ ਵਿਰੋਧ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਨੀਤ ਕੌਰ ਨੇ ਕਿਹਾ ਕਿ ਜੋ ਸੱਤਾ ਦੇ ਵਿੱਚ ਆਵੇਗਾ ਕਿਸਾਨ ਉਸ ਦੇ ਨਾਲ ਬੈਠ ਕੇ ਗੱਲਬਾਤ ਕਰਨ। ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਸਵਾਲਾਂ ਦਾ ਜਵਾਬ ਉਹਨਾਂ ਦੇ ਕੋਲ ਨਹੀਂ ਹੈ। ਜਦੋਂ ਕਿ ਉਹਨਾਂ ਵੱਲੋਂ ਉਹੀ ਕੁਐਸਚਨ ਨੇ ਜਿਹੜੇ ਦੁਆਰਾ। ਦੇਖੋ ਕੁਐਸਚਨ ਜਿਹੋ ਜਿਹਾ ਵਿਰੋਧ ਕਰ ਰਹੇ ਨੇ ਉਹਦੇ ਵਿੱਚ ਕੋਈ ਕੁਐਸਚਨ ਦਾ ਜਵਾਬ ਵੀ ਨਹੀਂ ਤੁਸੀਂ ਦੇ ਸਕਦੇ ਰੌਲੇ ਰੱਪੇ ਦੇ ਵਿੱਚ। ਬਾਕੀ ਕੁਐਸਚਨ ਮੇਰੇ ਜਵਾਬਾਂ ਨਾਲ ਉਹਨਾਂ ਦਾ ਹੱਲ ਨਹੀਂ ਹੋਣਾ। ਇਹ ਜਿਹੜੇ ਕੁਐਸਚਨ ਪੁੱਟ ਕਰਨੇ, ਜੋ ਇਹਨਾਂ ਦੀਆਂ ਗੱਲਾਂ ਨੇ, ਇਹ ਜਿਹੜੀ ਬਣਦੀ ਸਰਕਾਰ ਹੋਊਗੀ ਉਹਨਾਂ ਦੇ ਅੱਗੇ ਲੈ ਕੇ ਜਾਣ, ਟੇਬਲ 'ਤੇ ਬੈਠਣ। ਔਰ ਦਰਵਾਜ਼ੇ ਹਰ ਵਕਤ ਖੁੱਲ੍ਹੇ ਨੇ ਕਿ ਇਹਨਾਂ ਦਾ ਕੋਈ ਹੱਲ ਨਿਕਲੇ। ਮੈਡਮ, ਜਿਸ ਤਰ੍ਹਾਂ ਸ਼ਹਿਰ ਰਿਸਪੋਂਸ ਵੱਧਦਾ ਜਾ ਰਿਹਾ, ਲੋਕ ਬਾਹਰ ਆ ਰਹੇ ਨੇ, ਲੋਕ ਖੁਸ਼ੀ ਨਾਲ ਆ ਰਹੇ ਨੇ, ਔਰ ਇਹ ਇੱਕ ਇਹ ਰਿਸਪੋਂਸ ਹੈ ਜਿਹੜਾ ਸਾਡੀ ਵਿਕਟਰੀ ਦਾ ਕਾਰਨ ਬਣੂਗਾ। ਕੀ ਫਰਕ ਹੈ ਮੈਮ, ਪਿਛਲੀ ਵਾਰ ਕਾਂਗਰਸ ਤੋਂ ਲੜੀ ਸੀ, ਇਸ ਵਾਰ ਫਰਕ ਕੀ ਨਜ਼ਰ ਆਇਆ? ਫਰਕ ਇਹ ਹੈ ਕਿ ਪਿਛਲੀ ਵਾਰੀ ਤਕਰੀਬਨ 2 ਪਾਰਟੀਆਂ ਦਾ ਮੁਕਾਬਲਾ ਸੀ, BJP ਅਕਾਲੀ ਦਲ ਦੇ ਨਾਲ ਸੀ ਔਰ ਕਾਂਗਰਸ ਸੀ। ਹੁਣ ਜਿਹੜਾ ਫਰਕ ਹੈ ਇਹ ਹੋਰ ਕਿਸਮ ਦੀ ਚੋਣ ਹੈ। ਇਹਦੇ ਵਿੱਚ 4 ਮੁੱਖ ਪਾਰਟੀਆਂ ਔਰ ਮਾਨ ਦਲ ਵੀ ਹੈ, BSP ਵੀ ਹੈ, ਸ਼ਾਇਦ ਕੋਈ ਇੰਡੀਪੈਂਡੈਂਸ ਵੀ ਹੋਣਗੇ। ਇਹ ਔਰ ਕਿਸਾਨਾਂ ਦਾ ਅਲੱਗ ਹੈ ਵਿਰੋਧ ਹੈ, ਕਿਸ ਦੀ ਸਪੋਰਟ ਕਰਨਗੇ ਉਹ ਮੈਂ ਨਹੀਂ ਕਹਿ ਸਕਦੀ, ਪਰ ਇਸ ਮਾਹੌਲ ਦੇ ਵਿੱਚ ਹੱਲੇ ਸ਼ੁਰੂਆਤ ਹੋਈ ਹੈ ਤਾਂ ਮੇਰੇ ਖਿਆਲ 'ਚ ਅੰਤ ਤੱਕ ਦੇਖਾਂਗੇ, ਕਿਉਂਕਿ ਹਰ ਇੱਕ ਪਾਰਟੀ ਨੇ, ਹਰ ਇੱਕ ਕੈਂਡੀਡੇਟ ਨੇ ਆਪਣਾ ਪੂਰਾ ਜ਼ੋਰ ਲਾਉਣਾ ਹੈ। ਸੋ ਅੰਤ ਦੇ ਵਿੱਚ ਪਤਾ ਚੱਲੂਗਾ ਕਿ ਲੋਕਾਂ ਨੇ ਫਤਵਾ ਕਿਸ ਨੂੰ ਦੇਣਾ। ਵਿਰੋਧ ਕਰਨ ਤੋਂ ਇਲਾਵਾ ਜਿਹੜੇ ਕਿਸਾਨਾਂ ਨੂੰ ਕੀ ਅਪੀਲ ਕਰੋਗੇ, ਕਿਉਂ BJP ਵੋਟ ਕਰਨਾ? ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਪਰਿਵਾਰ, ਕੈਪਟਨ ਸਾਹਿਬ, ਹਰ ਵਕਤ ਅਸੀਂ ਕਿਸਾਨਾਂ ਦੀ ਜਿਹੜੀ ਬਿਹਤਰੀ ਹੈ, ਪੰਜਾਬ ਦੀ ਜਿਹੜੀ ਬਿਹਤਰੀ ਹੈ ਜਿਹਦੇ ਵਿੱਚ ਸਾਰੇ ਵਰਗ ਦੇ ਪੈਂਦੇ ਨੇ, ਉਹਨਾਂ ਦੇ ਲਈ ਕੰਮ ਕੀਤਾ।